अज असी तुहानू करवाउण जा रहे हां व्यू दे विच हाइड प्रोटेक्टेड ऑपरेटिंग सिस्टम। तुसी कई वार वेखा हैगा कि कई वार साडे कंप्यूटर दे विच वायरस होण दे करके किसी वक्त एंटीवायरस कुछ फाइलों नू शो नहीं करता। अगर उन्हां फाइलों नू असी शो करवाउणा होवे जो कि साडे एंटीवायरस ने हाइड कीते होण तां असी हाइड प्रोटेक्टेड तो अनचैक करके अप्लाई करके ओके करांगे ते जो साडी एंटीवायरस इंस्टॉलेशन करके जो वायरस वालियां फाइलां दिखाई नहीं दे रहीयां असी इस क्लिक नू अनचैक करके उन्हां फाइलों नू वी देख सकदे हां। इस तरीके नाल असी फोल्डर ऑप्शन दा इस्तेमाल करदे हां। नैक्सट है साडे कोल कंट्रोल पैनल दे विच इंडेक्सिंग ऑप्शन। इंडेक्सिंग ऑप्शन ते असी क्लिक करांगे। इस विच तुसी देख रहे हो कि तुहाडे सामने 1617 आइटम्स इंडेक्स्ड हन लाइक ऑफलाइन फाइल्स स्टार्ट मेनू ते कुछ होर फाइल्स। असी मॉडिफाई ते क्लिक करन तो बाद तुसी देखोगे डी फाइल ते जिद्दां ही असी क्लिक करांगे ਤਾਂ ਡੀ ਫਾਈਲ ਵੀ ਇਸ ਵਿੱਚ ਇੰਡੈਕਸਡ ਹੋ ਜਾਵੇਗੀ। ਅਸੀਂ ਇਸ ਨੂੰ ਓਕੇ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਫਾਈਲ ਜੋ ਕਿ 2 ਕੁਛ ਸਨ ਉਹਨਾਂ ਦੇ ਵਿੱਚ ਚੇਂਜ ਆ ਗਿਆ ਹੈ। ਹੁਣ 2725 ਆਈਟਮਸ ਇੰਡੈਕਸਡ ਹੋ ਚੁੱਕੇ ਹਨ। ਇਸ ਤਰੀਕੇ ਨਾਲ ਕਿਸੇ ਫਾਈਲ ਨੂੰ ਇਸ ਵਿੱਚ ਇੰਕਲੂਡਡ ਲੋਕੇਸ਼ਨ ਲਾਈਕ ਇਸ ਵਿੱਚ ਇੰਡੈਕਸ ਕਰਾਉਣ ਲਈ ਅਸੀਂ ਇੰਡੈਕਸ ਆਪਸ਼ਨ ਦਾ ਇਸਤੇਮਾਲ ਕਰਦੇ ਹਾਂ। ਨੈਕਸਟ ਹੈ ਸਾਡੇ ਕੋਲ ਮਾਊਸ। ਇਸ ਵਿੱਚ ਅਸੀਂ ਆਪਣੇ ਮਾਊਸ ਦੀ ਸੈਟਿੰਗਸ ਨੂੰ ਚੇਂਜ ਕਰਨਾ ਹੋਵੇ ਜਾਂ ਉਸ ਵਿੱਚ ਕੋਈ ਬਦਲਾਵ ਕਰਨਾ ਹੋਵੇ ਤਾਂ ਅਸੀਂ ਮਾਊਸ ਆਪਸ਼ਨ ਦਾ ਇਸਤੇਮਾਲ ਕਰਦੇ ਹਾਂ। ਲਾਈਕ ਤੁਸੀਂ ਇਸ ਜਗ੍ਹਾ ਦੇਖ ਰਹੇ ਹੋ ਸਵਿਚ ਪ੍ਰਾਇਮਰੀ ਐਂਡ ਸੈਕੰਡਰੀ ਬਟਨਸ। ਇਸ ਨਾਲ ਜੋ ਸਾਡਾ ਰਾਈਟ ਐਂਡ ਲੈਫਟ ਬਟਨ ਹੈ ਜੋ ਮਾਊਸ ਦਾ ਤੁਸੀਂ ਦੇਖ ਰਹੇ ਹੋ ਕਿ ਜਿੱਦਾਂ ਹੀ ਮੈਂ ਇਸ ਉੱਪਰ ਚੈੱਕ ਕਰਾਂਗਾ ਤਾਂ ਇਸ ਨਾਲ ਕੀ ਹੋਏਗਾ ਜੋ ਫੰਕਸ਼ਨ ਅਸੀਂ ਲੈਫਟ ਸਾਈਡ ਤੋਂ ਓਪਰੇਟ ਕਰਦੇ ਹਾਂ ਉਹ ਸਾਰੇ ਦੇ ਸਾਰੇ ਫੰਕਸ਼ਨ ਰਾਈਟ ਸਾਈਡ ਤੋਂ ਓਪਰੇਟ ਹੋਣੇ ਸ਼ੁਰੂ ਹੋ ਜਾਣਗੇ ਤੇ ਜੋ ਫੰਕਸ਼ਨ ਅਸੀਂ ਰਾਈਟ ਸਾਈਡ ਤੋਂ ਓਪਰੇਟ ਕਰਦੇ ਹਾਂ ਮਾਊਸ ਦੇ ਕਲਿੱਕ ਤੋਂ ਉਹ ਫੰਕਸ਼ਨ ਲੈਫਟ ਸਾਈਡ ਤੋਂ ਓਪਰੇਟ ਹੋਣਾ ਸ਼ੁਰੂ ਹੋ ਜਾਣਗੇ। ਲਾਈਕ ਅਸੀਂ ਰਾਈਟ ਸਾਈਡ ਤੋਂ ਕਿਸੇ ਫੋਲਡਰ ਦੀ ਪ੍ਰੋਪਰਟੀ ਚੈੱਕ ਕਰਦੇ ਹਾਂ ਪਰ ਇਸ ਫੰਕਸ਼ਨ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਪ੍ਰੋਪਰਟੀ ਚੈੱਕ ਕਰਨ ਲਈ ਲੈਫਟ ਕਲਿੱਕ ਦਾ ਇਸਤੇਮਾਲ ਕਰਾਂਗੇ ਅਤੇ ਕਿਸੇ ਫਾਈਲ ਨੂੰ ਖੋਲ੍ਹਣ ਲਈ ਅਸੀਂ ਲੈਫਟ ਕਲਿੱਕ ਦਾ ਇਸਤੇਮਾਲ ਕਰਾਂਗੇ। ਕਿਸੇ ਫਾਈਲ ਨੂੰ ਖੋਲ੍ਹਣ ਲਈ ਅਤੇ ਬੰਦ ਕਰਨ ਲਈ ਅਸੀਂ ਰਾਈਟ ਕਲਿੱਕ ਦਾ ਇਸਤੇਮਾਲ ਕਰਾਂਗੇ। ਇਸ ਤਰੀਕੇ ਨਾਲ ਅਸੀਂ ਸਵਿਚ ਪ੍ਰਾਇਮਰੀ ਐਂਡ ਸੈਕੰਡਰੀ ਬਟਨ ਦਾ ਇਸਤੇਮਾਲ ਕਰਦੇ ਹਾਂ। ਡਬਲ ਕਲਿੱਕ ਸਪੀਡ। ਇਸ ਵਿੱਚ ਅਸੀਂ ਅਗਰ ਆਪਣੇ ਡਬਲ ਕਲਿੱਕ ਦੀ ਸਪੀਡ ਨੂੰ ਫਾਸਟ ਕਰਨਾ ਹੋਵੇ ਜਾਂ ਸਲੋ ਕਰਨਾ ਹੋਵੇ ਉਸ ਲਈ ਅਸੀਂ ਇਸ ਨੂੰ ਡਰੈਗ ਕਰਕੇ ਆਪਣੇ ਡਬਲ ਕਲਿੱਕ ਦੀ ਸਪੀਡ ਨੂੰ ਫਾਸਟ ਕਰ ਸਕਦੇ ਹਾਂ ਜਾਂ ਸਲੋ ਕਰ ਸਕਦੇ ਹਾਂ। ਨੈਕਸਟ ਆਪਸ਼ਨ ਹੈ ਸਾਡੇ ਕੋਲ ਪੁਆਇੰਟਰ। ਪੁਆਇੰਟਰ ਦਾ ਇਸਤੇਮਾਲ ਲਾਈਕ ਮੈਂ ਆਪਣੇ ਪੁਆਇੰਟਰ ਨੂੰ ਹੋਰ ਜ਼ਿਆਦਾ ਲਾਰਜ ਕਰਨਾ ਹੋਵੇ ਤਾਂ ਉਸ ਜ਼ਿਆਦਾ ਲਾਰਜ ਕਰ ਸਕਦੇ ਹਾਂ। ਇਸ ਤਰੀਕੇ ਨਾਲ ਮੈਂ ਆਪਣੇ ਪੁਆਇੰਟਰਸ ਨੂੰ ਚੇਂਜ ਕਰ ਸਕਦਾ ਹਾਂ। ਲਾਈਕ ਇਸ ਜਗ੍ਹਾ ਤੋਂ ਅਗਰ ਮੈਂ ਬਰਾਊਜ਼ 'ਤੇ ਕਲਿੱਕ ਕਰਾਂਗਾ ਤਾਂ ਤੁਸੀਂ ਇਸ ਜਗ੍ਹਾ ਤੋਂ ਕਿਸੇ ਵੀ ਤਰੀਕੇ ਦਾ ਕੋਈ ਪੁਆਇੰਟਰ ਚੂਜ਼ ਕਰਨਾ ਹੋਵੇ ਤਾਂ ਮੈਂ ਪੁਆਇੰਟਰ ਚੂਜ਼ ਕਰ ਸਕਦਾ ਹਾਂ ਬਰਾਊਜ਼ ਕਰਨ ਤੋਂ ਬਾਅਦ। ਲਾਈਕ ਅਗਰ ਮੈਂ ਇਸ ਐਰੋ 'ਤੇ ਕਲਿੱਕ ਕਰਕੇ ਅਪਲਾਈ ਕਰਕੇ ਓਕੇ ਕਰਾਂਗਾ ਤਾਂ ਤੁਸੀਂ ਦੇਖੋਗੇ ਕਿ ਮੇਰਾ ਜੋ ਮਾਊਸ ਦਾ ਕਰਸਰ ਹੈ ਉਹ ਇਸ ਵਿੱਚ ਚੇਂਜ ਹੋ ਜਾਏਗਾ। ਮੈਂ ਅਪਲਾਈ ਕੀਤਾ, ਤੁਸੀਂ ਦੇਖਿਆ ਕਿ ਮੇਰਾ ਮਾਊਸ ਦਾ ਕਰਸਰ ਇਸ ਵਿੱਚ ਚੇਂਜ ਹੋ ਚੁੱਕਾ ਹੈ। ਇਸ ਤਰੀਕੇ ਨਾਲ ਮੈਂ ਜੋ ਵੀ ਕਰਸਰ ਦਾ ਇਸਤੇਮਾਲ ਕਰਨਾ ਹੋਵੇ ਬਰਾਊਜ਼ ਤੋਂ ਜਾ ਕੇ ਮੈਂ ਉਸ ਕਰਸਰ ਨੂੰ ਇਸਤੇਮਾਲ ਕਰ ਸਕਦਾ ਹਾਂ। ਇਸ ਤਰੀਕੇ ਨਾਲ ਅਸੀਂ ਪੁਆਇੰਟਰ ਫੰਕਸ਼ਨ ਦਾ ਇਸਤੇਮਾਲ ਕਰਦੇ ਹਾਂ। ਨੈਕਸਟ ਹੈ ਸਾਡੇ ਕੋਲ ਪੁਆਇੰਟਰ ਆਪਸ਼ਨ ਲਾਈਕ ਸਿਲੈਕਟ ਏ ਪੁਆਇੰਟਰ ਸਪੀਡ। ਅਗਰ ਮੈਂ ਪੁਆਇੰਟਰ ਦੀ ਸਪੀਡ ਇਨਕਰੀਜ਼ ਡਿਕਰੀਜ਼ ਕਰਨੀ ਹੋਵੇ ਤਾਂ ਮੈਂ ਪੁਆਇੰਟਰ ਦੀ ਸਪੀਡ ਨੂੰ ਵੀ ਇਸ ਜਗ੍ਹਾ ਤੋਂ ਇਨਕਰੀਜ਼ ਡਿਕਰੀਜ਼ ਕਰ ਸਕਦਾ ਹਾਂ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਹੈ ਡਿਸਪਲੇ ਪੁਆਇੰਟਰ ਟ੍ਰੇਲ। ਲਾਈਕ ਜਦੋਂ ਮੈਂ ਡਿਸਪਲੇ ਪੁਆਇੰਟਰ ਟ੍ਰੇਲ 'ਤੇ ਚੈੱਕ ਕਰ ਦੇਵਾਂਗਾ ਤਾਂ ਇਸ ਨਾਲ ਜੋ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਨਾਲ ਮੇਰਾ ਮਾਊਸ ਵੀ ਇਸ ਤਰੀਕੇ ਨਾਲ ਵਰਕਿੰਗ ਕਰਨੀ ਉਸਨੇ ਸ਼ੁਰੂ ਕਰ ਦਿੱਤੀ ਹੈ। ਇਸ ਤਰੀਕੇ ਨਾਲ ਅਗਰ ਅਸੀਂ ਇਸ ਤਰੀਕੇ ਨਾਲ ਮਾਊਸ ਨੂੰ ਆਪਣੇ ਕਰਸਰ ਨੂੰ ਕਰਨਾ ਹੋਵੇ ਤਾਂ ਇਸ ਤਰੀਕੇ ਨਾਲ ਕਰ ਸਕਦੇ ਹਾਂ। ਮੈਂ ਇਸ ਤੋਂ ਚੈੱਕ ਨੂੰ ਰਿਮੂਵ ਕਰ ਰਿਹਾ ਹਾਂ। ਨੈਕਸਟ ਹੈ ਹਾਈਡ ਪੁਆਇੰਟਰ ਵਾਈਲ ਟਾਈਪਿੰਗ। ਜਦੋਂ ਤੁਸੀਂ ਟਾਈਪ ਕਰ ਰਹੇ ਹੋ ਅਗਰ ਉਸ ਟਾਈਮ ਤੁਸੀਂ ਆਪਣੇ ਪੁਆਇੰਟਰ ਨੂੰ ਹਾਈਡ ਕਰਨਾ ਹੈ ਤਾਂ ਤੁਸੀਂ ਇਸ ਜਗ੍ਹਾ ਤੋਂ ਚੈੱਕ ਨੂੰ ਰਿਮੂਵ ਕਰ ਦਿਓ ਤਾਂ ਅਪਲਾਈ ਕਰਕੇ ਓਕੇ ਕਰੋਗੇ ਉਹਨਾਂ ਤੁਸੀਂ ਦੇਖੋਗੇ ਕਿ ਜਦੋਂ ਮੈਂ ਇਸ ਕੰਪਿਊਟਰ ਦੇ ਵਿੱਚ ਟਾਈਪ ਕਰਾਂਗਾ ਤਾਂ ਜੋ ਮੇਰਾ ਮਾਊਸ ਹੈ ਉਹ ਆਟੋਮੈਟਿਕਲੀ ਹਾਈਡ ਹੋ ਜਾਵੇਗਾ। ਲਾਈਕ ਤੁਸੀਂ ਦੇਖ ਰਹੇ ਹੋ ਕਿ ਇਸ ਜਗ੍ਹਾ ਮੇਰਾ ਮਾਊਸ ਨਹੀਂ ਦਿਖਾਈ ਦੇ ਰਿਹਾ। ਇਸ ਤਰੀਕੇ ਨਾਲ ਅਸੀਂ ਇਸ ਫੰਕਸ਼ਨ ਦਾ ਇਸਤੇਮਾਲ ਕਰਦੇ ਹਾਂ। ਨੈਕਸਟ ਮਾਊਸ ਦੇ ਵਿੱਚ ਸਾਡੇ ਕੋਲ ਫੰਕਸ਼ਨ ਹੈ ਪੁਆਇੰਟਰ ਆਪਸ਼ਨ ਦੇ ਵਿੱਚ ਸ਼ੋ ਲੋਕੇਸ਼ਨ ਆਫ ਪੁਆਇੰਟਰ ਵੈਨ ਪ੍ਰੈਸ ਦਾ ਕੰਟਰੋਲ ਕੀ। ਜਦੋਂ ਮੈਂ ਇਸ ਉੱਪਰ ਚੈੱਕ ਲਗਾ ਦੇਵਾਂਗਾ ਅਪਲਾਈ ਕਰਾਂਗਾ ਓਕੇ ਕਰਾਂਗਾ ਤਾਂ ਤੁਸੀਂ ਜਦੋਂ ਆਪਣੇ ਕੰਪਿਊਟਰ ਦੇ ਕੀਬੋਰਡ 'ਤੇ ਕੰਟਰੋਲ ਪ੍ਰੈਸ ਕਰੋਗੇ ਤਾਂ ਤੁਹਾਨੂੰ ਇਸ ਤਰੀਕੇ ਦਾ ਸਾਈਨ ਦਿਖੇਗਾ। ਇਸ ਤਰੀਕੇ ਨਾਲ ਅਸੀਂ ਇਸ ਫੰਕਸ਼ਨ ਦਾ ਇਸਤੇਮਾਲ ਕਰਦੇ ਹਾਂ। ਨੈਕਸਟ ਹੈ ਵੀਲ। ਜਦੋਂ ਅਸੀਂ ਇੰਟਰਨੈਟ 'ਤੇ ਵਰਕਿੰਗ ਕਰ ਰਹੇ ਹੁੰਦੇ ਹਾਂ ਲਾਈਕ ਅਸੀਂ ਵਰਟੀਕਲ ਸਕਰੋਲਿੰਗ ਯੂਜ਼ ਕਰਨੀ ਹੋਵੇ ਅਸੀਂ ਵਰਟੀਕਲ ਸਕਰੋਲਿੰਗ ਯੂਜ਼ ਕਰ ਸਕਦੇ ਹਾਂ। ਅਗਰ ਅਸੀਂ ਹੋਰੀਜ਼ੋਂਟਲ ਸਕਰੋਲਿੰਗ ਯੂਜ਼ ਕਰਨੀ ਹੋਵੇ ਤਾਂ ਅਸੀਂ ਹੋਰੀਜ਼ੋਂਟਲ ਸਕਰੋਲਿੰਗ ਯੂਜ਼ ਕਰ ਸਕਦੇ ਹਾਂ। ਇਸ ਤਰੀਕੇ ਨਾਲ ਅਸੀਂ ਮਾਊਸ ਫੰਕਸ਼ਨ ਦਾ ਇਸਤੇਮਾਲ